ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਸੁੱਚਾ ਰੰਗੀਲਾ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਮੈਂ ਅਕਸਰ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਿੰਦੇ ਤੁਹਾਡੇ ਸਾਹਮਣੇ ਗਾਣੇ ਲੈ ਕੇ ਕਦੇ ਅਖਾੜਿਆਂ 'ਚ ਕਦੇ ਪ੍ਰੋਗਰਾਮਾਂ 'ਚ ਪਰ ਅੱਜ ਇੱਕ ਅਜੀਬ ਜਿਹੀ ਗੱਲ ਆ ਸਵੇਰੇ ਕੱਲ੍ਹ ਮੈਨੂੰ ਫੋਨ ਆਇਆ ਕਿਸੇ ਦੋਸਤ ਦਾ ਵੀ ਤੁਹਾਡਾ ਗਾਣਾ ਪਹਿਲਾਂ ਕੀਤੀ ਬਦਮਾਸ਼ੀ ਬੜੀ ਠੋਕ ਕੇ ਹੁਣ ਕੰਮ ਛੱਡੇ ਹੋਏ ਵੀ ਉਹ ਕਿਸੇ ਹੋਰ ਸਿੰਗਰ ਨੇ ਗਾਤਾ ਮੈਂ ਤਾਂ ਇਹ ਬੜੇ ਚਿਰ ਤੋਂ ਗਾਣਾ ਮੇਰੇ ਖਿਆਲ 10-11 ਸਾਲ ਹੋ ਗਏ ਸਾਡਾ ਯੂਟਿਊਬ 'ਤੇ ਗਾਣਾ ਚੜ ਗਿਆ ਸੀਗਾ ਆਜ਼ਾਦ ਐਂਟਰਟੇਨਮੈਂਟ ਉਹਨਾਂ ਦੀ ਕੰਪਨੀ ਉਹਨਾਂ ਨੇ ਚੜਿਆ ਸੀ ਉਸ ਤੋਂ ਬਾਅਦ ਫਿਰ ਇੱਕ ਹੋਰ ਵੀਡੀਓ ਬਣਾਈ ਅਸੀਂ ਇੰਗਲੈਂਡ ਦੇ ਵਿੱਚ ਉਹ ਚੜ੍ਹੀ ਫਿਰ ਉਹ ਤੋਂ ਬਾਅਦ ਇੱਕ ਸਾਡਾ ਸੌਰਵ ਮੜੀਆ ਉਹਦਾ ਕੈਰੀ ਟੋਨਸ ਕੰਪਨੀ ਉਹਨੇ ਚੜ੍ਹਿਆ ਮਤਲਬ 10 ਸਾਲ ਪਹਿਲਾਂ ਦੇ ਗਾਣੇ ਸਾਰੇ ਚੜ੍ਹ ਗਏ ਸੀਗੇ ਉਸ ਤੋਂ ਬਾਅਦ ਇੱਕ ਸਾਡਾ ਸਿੰਗਰ ਹੈ ਕੁਲਦੀਪ ਰੰਧਾਵਾ ਉਹ ਆਪਣਾ ਭਰਾ ਆ ਸਾਡਾ ਵੀਰ ਆ ਸਾਡੇ ਕਲਾਕਾਰਾਂ ਦਾ ਇੱਕ ਪਰਿਵਾਰ ਹੈ ਸਾਡਾ ਬੜਾ ਪਿਆਰ ਸੀ ਉਹਨੂੰ ਸ਼ਾਇਦ ਉਹਨੇ ਗਾਣਾ ਗਾਤਾ ਹੈ ਉਹਨੂੰ ਸ਼ਾਇਦ ਪਤਾ ਨਹੀਂ ਕਿਹਨੇ ਗਾਇਆ ਕਿੱਦਾਂ ਪਤਾ ਨਹੀਂ ਕਿਵੇਂ ਉਹਨੇ ਗਾਤਾ ਉਸ ਤੋਂ ਬਾਅਦ ਉਹ ਫਿਰ ਕਾਨਫਰੰਸ ਕੀਤੀ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਵਿਕਰ ਤਿੰਮੋ ਵਾਲੀਆ ਜਿਹਦਾ ਲਿਖਿਆ ਹੋਇਆ ਗਾਣਾ ਸੀਗਾ ਅਤੇ ਗੁਰਮੀਤ ਬਿੱਲੀਚੋ ਵਾਲਾ ਅਸੀਂ ਸਾਰੇ ਉੱਥੇ ਅੰਮ੍ਰਿਤਸਰ ਇਕੱਠੇ ਹੋਏ ਅਤੇ ਉਹਨਾਂ ਨੇ ਕਿਹਾ ਵੀ ਉਹ ਆ ਨਹੀਂ ਸਕਦਾ ਉਹਨਾਂ ਨੇ ਮਾਫ਼ੀ ਮੰਗ ਲਈ ਜਾਂ ਉਹ ਪੇਪਰ ਵਿੱਚ ਵੀ ਲੱਗ ਗਿਆ ਉਹ ਪੇਪਰ ਸਾਰੇ ਵਿਕਰ ਤਿੰਮੋ ਵਾਲੇ ਨੇ ਸਾਂਭ ਕੇ ਰੱਖੇ ਹੋਏ ਹੁੰਦੇ ਸਾਰੇ ਛਪ ਗਏ ਚਲੋ ਠੀਕ ਹੈ ਸਾਡੀ ਗੱਲ ਨਿਬੜ ਗਈ ਅਸੀਂ ਚੱਲ ਅਸੀਂ ਕਿਹੜਾ ਯਾਰ ਲੈਣ ਦੇਣ ਕੋਈ ਜੇ ਕਿਸੇ ਨੇ ਭੁਲੇਖੇ ਨਾਲ ਕਰਦਾ ਜਾਂ ਮਾਫ਼ੀ ਮੰਗ ਲਈ ਉਹ ਤਾਂ ਕੋਈ ਉਹ ਵਧੀਆ ਹੋ ਗਿਆ ਸਿਆਣਾ ਬੰਦਾ ਹੋ ਜਾਂਦਾ ਗਲਤੀ ਕਰਕੇ ਮੰਨ ਲਵੇ ਉਸ ਤੋਂ ਬਾਅਦ ਚੱਲਦੇ ਰਹੇ ਗਾਣੇ ਮੈਂ ਤਾਂ ਹਰ ਸਟੇਜ 'ਤੇ ਗਾਉਂਦਾ ਹਰ ਖਾਰਿਆਂ ਵਿੱਚ ਮੇਰੇ ਗਾਣੇ ਆ ਅਤੇ ਬਹੁਤ ਸਾਰੇ ਇੰਟਰਵਿਊ ਆ ਸਾਰੇ ਮੇਰੇ ਗਾਣੇ ਚੱਲਦੇ ਆ ਬੜਾ ਹਿੱਟ ਜਿੰਨਾ ਹੋਇਆ ਸਾਡੇ ਹਿਸਾਬ ਨਾਲ ਜਿੰਨੀ ਕੁ ਅਸੀਂ ਐਡ ਕਰ ਸਕੇ ਉਹਦੀ ਅਤੇ ਪ੍ਰਮੋਸ਼ਨ ਕਰ ਸਕੇ ਉਹਦੇ ਹਿਸਾਬ ਨਾਲ ਸਾਡਾ ਗੀਤ ਉਹਨਾਂ ਲੋਕਾਂ ਨੇ ਪਸੰਦ ਕੀਤਾ ਸਾਰੇ ਦੋਸਤਾਂ ਨੇ ਅਤੇ ਉਸ ਤੋਂ ਬਾਅਦ ਸਵੇਰੇ ਫੇਰ ਮੈਨੂੰ ਪਤਾ ਲੱਗਿਆ ਵੀ ਉਹ ਇਹ ਗਾਣਾ ਦੁਬਾਰਾ ਫੇਰ ਗਾਤਾ ਕਿਸੇ ਨੇ ਮੈਂ ਕਿਹਾ ਯਾਰ ਗਾਣਿਆਂ ਨਾਲ ਕਿਉਂ ਐਸਾ ਮਜ਼ਾਕ ਤੁਸੀਂ ਗਾਣੇ ਨਾਲ ਕਰ ਰਹੇ ਹਾਂ ਜੇ ਇੱਕ ਮੈਂ ਮਿਹਨਤ ਕੀਤੀ ਆ ਗਾਣੇ ਦਾ ਸ਼ੁਰੂਆਤ ਕੀਤੀ ਆ ਜਾਂ ਉਹਦੀ ਕੰਪੋਜੀਸ਼ਨ ਕੀਤੀ ਆ ਕਿੱਡੀ ਮਿਹਨਤ ਨਾਲ ਇੰਗਲੈਂਡ ਦੇ ਵਿੱਚ ਜੀਤੀ ਮਿਊਜ਼ਿਕ ਜੀਤੀ ਬਹੁਤ ਅੱਛਾ ਮਿਊਜ਼ਿਕ ਕਰਦਾ ਜਿਹੜਾ ਬਹੁਤ ਉਹਦੇ ਗਾਣੇ ਹਿੱਟ ਹੋਏ ਆ ਮਿਊਜ਼ਿਕ ਉਹਦਾ ਬਹੁਤ ਵਧੀਆ ਹੁੰਦਾ ਉਹਦੇ ਕੋਲ ਅਸੀਂ ਦਰਮੀਤ ਬਿੱਲੀਚੋ ਵਾਲੇ ਨੇ ਕਿਹਾ ਕਿ ਗਾਣਾ ਸਾਡਾ ਕਰਵਾਇਆ ਅਤੇ ਦਰਮੀਤ ਬਿੱਲੀਚੋ ਵਾਲੇ ਦਾ ਵਿੱਚ ਹਿੱਸਾ ਸੀਗਾ ਗਾਣੇ ਵਿੱਚ ਕਿ ਅਸੀਂ ਸਾਰਿਆਂ ਨੇ ਸਾਂਝਾ ਤਿਆਰ ਕੀਤਾ ਸੀ ਗਾਣਾ ਅਤੇ ਉਹ ਗਾਣਾ ਵਧੀਆ ਹੋ ਗਿਆ ਚਲੋ ਅਸੀਂ ਚੱਲਦਾ ਰਿਹਾ ਸਵੇਰੇ ਮੈਨੂੰ ਕੱਲ੍ਹ ਫੇਰ ਫੋਨ ਆ ਗਿਆ ਬਹੁਤ ਦੋਸਤਾਂ ਦੇ ਫੋਨ ਆਏ ਮੈਨੂੰ ਕਹਿੰਦੇ ਤੁਹਾਡਾ ਗਾਣਾ ਕੋਈ ਹੋਰ ਕਲਾਕਾਰ ਗਾ ਰਿਹਾ ਮੈਂ ਕਿਹਾ ਯਾਰ ਅੱਗੇ ਤਾਂ ਗਾਇਆ ਸੀ ਕਿਸੇ ਨੇ ਜੋ ਸਾਡੀ ਗੱਲ ਮੁੱਕ ਗਈ ਸੀਗੀ ਵੀ ਹੁਣ ਕਿਹਨੇ ਗਾਇਆ ਉਹ ਜੋ ਲਿੰਕ ਭੇਜਿਆ ਉਹਦੇ ਵਿੱਚ ਦੇਖਿਆ ਮੇਰੇ ਉਹ ਬੱਚੇ ਵੀ ਆ ਅਤੇ ਉਹ ਮੇਰੇ ਭਰਾ ਵੀ ਆ ਉਹਨਾਂ ਦੇ ਡੈਡੀ ਨਾਲ ਮੇਰਾ ਬੜਾ ਪਿਆਰ ਜਸ਼ੀਲਾ ਸਾਹਿਬ ਅਜਨਾਲੇ ਲਾਗੇ ਉਹਨਾਂ ਦਾ ਪਿੰਡ ਹੈ ਅਤੇ ਉਹਨਾਂ ਦੇ ਘਰ ਮੈਂ ਪ੍ਰੋਗਰਾਮ ਵੀ ਕਰਦਾ ਰਿਹਾ ਮੈਂ 2-3 ਮੇਰੇ ਨਾਲ 7-8 ਵਾਰ ਤਾਂ ਉਹਨਾਂ ਦੇ ਘਰ ਵੀ ਗਿਆ ਅਤੇ 2-3 ਪ੍ਰੋਗਰਾਮ ਵੀ ਉਹਨਾਂ ਦੇ ਘਰ 'ਚ ਕੀਤੇ ਮੈਂ ਰੰਮੀ ਰੰਧਾਵਾ ਉਹਨਾਂ ਦੇ ਬੇਟੇ ਆ ਨਾ ਜਸ਼ੀਲਾ ਸਾਹਿਬ ਦੇ ਉਹ ਪਰਿਵਾਰ ਨਾਲ ਮੇਰਾ ਵੈਸੇ ਬੜਾ ਪਿਆਰ ਆ ਮੇਰੇ ਬੜੇ ਰਿਲੇਸ਼ਨ ਹੈ ਉਹਨਾਂ ਨਾਲ ਬੜਾ ਆਉਣ ਜਾਣ ਸਾਡਾ ਫੈਮਿਲੀ ਸੀਗਾ ਸਾਰਾ ਸੀ ਉਸ ਤੋਂ ਬਾਅਦ ਸਾਡਾ ਜਾਣਾ ਆਉਣਾ ਇਸ ਕਰਕੇ ਕਰ ਗਿਆ ਕਿ ਉਹ ਵੀ ਆਪਣੇ ਕੰਮ 'ਚ ਬਿਜ਼ੀ ਹੋ ਗਏ ਅਸੀਂ ਆਪਣੇ ਕੰਮਾਂ ਕਰਕੇ ਬਿਜ਼ੀ ਹੋ ਗਏ ਖੈਰ ਪਿਆਰ ਤਾਂ ਉਹੀ ਰਹਿੰਦਾ ਹੁੰਦਾ ਚਾਹੇ ਦੂਰ ਰਹੋ ਚਾਹੇ ਨੇੜੇ ਰਹੋ ਦਿਲ 'ਚ ਰਿਸਪੈਕਟ ਹੋਣੀ ਚਾਹੀਦੀ ਆ ਕਿ ਉਹ ਤਾਂ ਬੱਚੇ ਆ ਸਾਡੇ ਉਦੋਂ ਤਾਂ ਵਿਚਾਰੇ ਗਾਉਂਦੇ ਵੀ ਨਹੀਂ ਸੀ ਉਹ ਤੁਸੀਂ ਘਰ ਜਾਂਦੇ ਹੁੰਦੇ ਸੀ ਮੈਂ ਤਾਂ 25-30 ਸਾਲ ਤੋਂ ਸਟੇਜ 'ਤੇ ਗਾ ਰਿਹਾ ਨਾ ਮੇਰਾ ਤਾਂ 25-30 ਸਾਲ ਤੋਂ ਲੋਕ ਜਾਣਦੇ ਨੇ ਮੈਨੂੰ ਜਿਹੜੇ ਸਾਰੇ ਸਰੋਤੇ ਨੂੰ ਪਤਾ ਮੇਰੇ ਉਹ ਜਦੋਂ ਗਾਣਾ ਵੀ ਆਉਂਦਾ ਕੋਈ ਸਾਨੂੰ ਉਸ ਵੇਲੇ ਫੋਨ ਸਾਰੇ ਦੇ ਆਉਂਦੇ ਚਲੋ ਖੈਰ ਪਿਆਰ ਕਰਦੇ ਸਾਰੇ ਅਤੇ ਉਸ ਵੇਲੇ ਮੈਨੂੰ ਹੋਰ ਬੜਾ ਦੁੱਖ ਲੱਗਿਆ ਯਾਰ ਮੈਂ ਕਿਹਾ ਸਾਡੇ ਆਪਣੇ ਹੀ ਇਹ ਤਾਂ ਬੱਚਿਆਂ ਨੂੰ ਸਾਡੇ ਇਹਨਾਂ ਤੋਂ ਇਹ ਬਿਲਕੁਲ ਨਹੀਂ ਚਾਹੀਦਾ ਸੀਗਾ ਨਾ ਉਹ ਸਾਰੇ ਗਾਣਾ ਚੱਕ ਕੇ ਇੱਕ ਲਾਈਨ ਆਪਣੀ ਲਾ ਕੇ ਮੇਰੇ ਗਾਣੇ ਦੀ ਹਿੱਟ ਲਾਈਨ ਜਿਹੜੀ ਹੁੰਦੀ ਆ ਹੁੱਕ ਜਿਹੜੀ ਲਾਈਨ ਉਹੀ ਚੱਲਦੀ ਹੁੰਦੀ ਗਾਣੇ ਦੀ ਜਿਹੜਾ ਆਈਡੀਆ ਇੱਕੋ ਲਾਈਨ 'ਤੇ ਚੱਲਦਾ ਉਹੀ ਵਾਰ ਵਾਰ ਆਉਣੀ ਹੁੰਦੀ ਆ ਉਹੀ ਲਾਈਨ ਚੱਕ ਕੇ ਇਹਨਾਂ ਨੇ ਗਾਤਾ ਉਸ ਤੋਂ ਬਾਅਦ ਮੈਂ ਜਦੋਂ ਮੈਨੂੰ ਹੋਰ ਕਿਹਦਾ ਫੋਨ ਆਇਆ ਕਹਿੰਦੇ ਯਾਰ ਹੋਰ ਵੀ ਗਾਤਾ ਪ੍ਰੇਮ ਢਿੱਲੋਂ ਮੈਂ ਮੱਥੇ ਦਾ ਹੱਥ ਮਾਰਿਆ ਮੈਂ ਕਿਹਾ ਯਾਰ ਜੇ ਮੇਰਾ ਗਾਣਾ ਇਹਨੂੰ ਇੰਨੇ ਪਸੰਦ ਆਉਂਦਾ ਤਾਂ ਮੈਨੂੰ ਪੁੱਛ ਲੈਂਦੇ ਆਪਾਂ ਇਹਨੂੰ ਗਾਣੇ ਨੂੰ ਕੁਛ ਹੋਰ ਕਰ ਜਾਂ ਉਹਨੂੰ ਗਾਣਾ ਹੋਰ ਦੇਣ ਦੇ ਰਾਈਟਰ ਨੂੰ ਵਿਕਰ ਨੂੰ ਕਹਿ ਕੇ ਜਾਂ ਗੁਰਮੀਤ ਬਿੱਲੀਚੋ ਵਾਲੇ ਨੂੰ ਕਹਿ ਕੇ ਅਸੀਂ ਗਾਣਾ ਹੋਰ ਲਿਖਾ ਦਿੰਦੇ ਵਧੀਆ ਜਗਾਣਾ ਹੋਰ ਦਿੰਦੇ ਵੀ ਆਪਾਂ ਉੱਪਰ 'ਚ ਭਰਾਵਾਂ ਦਾ ਇਹ ਪਿਆਰ ਹੁੰਦਾ ਇੱਕ ਤਾਂ ਸਾਡੇ ਕਰੋਨਾ ਬਿਮਾਰੀ ਜਿਹੜੀ ਹੈ ਲੋਕਾਂ ਨੇ ਇਹਨੂੰ ਕਿੰਨਾ ਤੰਗ ਕੀਤਾ ਪਿਆ ਨਾ ਸਾਰੇ ਘਰੋ ਘਰ ਹੀ ਬੰਦ ਆ ਅਸੀਂ ਵੀ ਸਾਰੇ ਕਲਾਕਾਰ ਸਾਰੇ ਪ੍ਰੋਗਰਾਮ ਸਾਡੇ ਠੱਪ ਹੋ ਗਏ ਇੱਕ ਤਾਂ ਸਾਨੂੰ ਬਿਮਾਰੀ ਨੇ ਮਾਰਿਆ ਪਿਆ ਸਾਰਿਆਂ ਨੂੰ ਇੱਕ ਅਸੀਂ ਕਲਾਕਾਰ ਕਰੋਨਾ ਤੋਂ ਭੈੜੇ ਬਣ ਗਏ ਕਰੋਨਾ ਤੋਂ ਬਚ ਗਿਆ ਸੀ ਹੁਣ ਕਲਾਕਾਰ ਤੋਂ ਬਚਣਾ ਕਿਸੇ ਨੂੰ ਔਖਾ ਹੋ ਗਿਆ ਅਸੀਂ ਤਾਂ ਕਦੇ ਇਸ ਢੰਗ ਨਾਲ ਕਦੇ ਵੀਡੀਓ ਨਹੀਂ ਪਾਈ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਿਸੇ ਕਿਸੇ ਦੇ ਸ਼ਾਨ ਦੇ ਖਿਲਾਫ਼ ਨਹੀਂ ਕੀਤਾ ਮੈਂ ਅੱਜ ਵੀ ਨਹੀਂ ਸ਼ਾਨ ਦੇ ਖਿਲਾਫ਼ ਬੋਲਣਾ ਮੈਂ ਉਹਨਾਂ ਨੂੰ ਅੱਜ ਵੀ ਬੱਚੇ ਕਹਿ ਕੇ ਗੱਲ ਕਰਦਾ ਕਿਉਂਕਿ ਅਸੀਂ ਸਟੇਜਾਂ 'ਤੇ ਇਕੱਠੇ ਹੁੰਦੇ ਰਹਿੰਦੇ ਜਿੱਥੇ ਮੇਰਾ ਅਖਾੜਾ ਹੁੰਦਾ ਉੱਥੇ ਉਹਨਾਂ ਦਾ ਪ੍ਰੋਗਰਾਮ ਵੀ ਹੁੰਦਾ ਹੈ ਨਾ ਰੰਮੀ ਰੰਧਾਵਾ ਤਾਂ ਬੱਚੇ ਉਹਨਾਂ ਤੋਂ ਬਿਲਕੁਲ ਨਹੀਂ ਚਾਹੀਦਾ ਕਿਉਂਕਿ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਆਪਣੇ ਗਾਣੇ ਤਿਆਰ ਕਰੋ ਆਪਣੇ ਗਾਣੇ ਗਾਓ ਤੁਸੀਂ ਕੋਈ ਗੱਲ ਨਹੀਂ ਅਤੇ ਸਾਡੀ ਹੈਲਪ ਦੀ ਲੋੜ ਪੈਂਦੀ ਹੈ ਸਾਡੀ ਕੋਈ ਤੁਹਾਨੂੰ ਕੋਈ ਅਸੀਂ ਜੋ ਹੈਲਪ ਕਰ ਸਕਦੇ ਕੰਪੋਜੀਸ਼ਨ ਬਣਾ ਦੇ ਸਕਦੇ ਕੋਈ ਆਈਡੀਆ ਦੱਸ ਸਕਦਾ ਸਾਨੂੰ ਉਹਦਾ ਪਿਆਰ ਤਾਂ ਤੁਸੀਂ ਪੁੱਛ ਸਕਦੇ ਨਾ
जो ਤੁਸੀਂ ਅਜਿਹਾ ਆਪਣੇ ਆਪ ਨਾਲ ਗਾਣਾ ਗਾ ਦਿੰਦੇ ਆ ਉਹ ਸਾਨੂੰ ਦੁੱਖ ਜਿਹਾ ਲੱਗਦਾ ਤੇ ਪ੍ਰੇਮ ਕੀ ਨਾ ਪ੍ਰੇਮ ਢਿੱਲੋਂ ਤੇ ਸਿੱਧੂ ਮੂਸੇਵਾਲੀ ਪ੍ਰੇਮ ਢਿੱਲੋਂ ਤੇ ਸਿੱਧੂ ਮੂਸੇਵਾਲੀ ਨੇ ਉਹਨਾਂ ਸਪੋਰਟ ਕੀਤੀ ਹੈ ਜਿਹੜਾ ਇਹੋ ਜਿਹੇ ਬੰਦਿਆਂ ਨੂੰ ਅਸੀਂ ਤਾਂ ਮਾਣ ਕਰਦੇ ਵੀ ਜਦ ਕਲਾਕਾਰ ਆਉਣ ਅੱਗੇ ਆਉਣਾ ਹੀ ਸਾਰਿਆਂ ਨੇ ਆਉਣਾ ਸਾਡੇ ਟਾਈਮ ਨਾਲ ਅਸੀਂ ਆਉਂਦੇ ਹਾਂ ਉਹਨਾਂ ਦੇ ਟਾਈਮ ਨਾਲ ਉਹਨਾਂ ਨੇ ਆਉਣਾ ਉਸ ਤੋਂ ਬਾਅਦ ਹੋਰ ਕਲਾਕਾਰ ਆਈ ਜਾਣੇ ਆ ਪਰ ਥੋੜ੍ਹਾ ਜਿਹਾ ਇੰਨਾ ਕੁ ਦੇਖੋ ਆਪਣੀ ਮਿਹਨਤ ਕਰਕੇ ਆਪਣਾ ਕਰੋ ਆਪਣੇ ਖਾਓ ਅਤੇ ਆਪਣੇ ਕਮਾਓ ਜੇ ਤੁਸੀਂ ਬਹੁਤ ਪੈਸੇ ਲੈਂਦੇ ਹਾਂ ਤਾਂ ਸਾਡਾ ਤਾਂ ਕੋਈ ਫਾਇਦਾ ਨਹੀਂ ਗਾ ਅਸੀਂ ਤਾਂ ਉਹਨੇ ਕੁ ਪੈਸੇ ਲੈ ਕੇ ਉਹਨੇ ਕੁ ਸ਼ੋਅ ਕਰਦੇ ਹਾਂ ਨਾ ਸਾਡੇ ਲੋਕਾਂ ਤੁਸੀਂ ਰਹਿਣ ਦਿਓ ਸਾਡੇ ਆਪਣੇ ਗਾਣੇ ਮਸੀਂ ਮਿਹਨਤ ਤਿਆਰ ਹੁੰਦੇ ਸਾਡੇ ਗਾਣੇ ਲੋਕਾਂ ਤੱਕ ਪਹੁੰਚਦੇ ਨਹੀਂ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਇੰਨਾ ਪ੍ਰਮੋਸ਼ਨ ਕਰਨ ਲਈ ਤੁਹਾਡੇ ਤੁਸੀਂ ਤਾਂ ਬਹੁਤ ਕੁਛ ਕਰਦੇ ਆ ਤੁਸੀਂ ਤਾਂ ਪੈਸੇ ਹੀ ਬਹੁਤ ਦਿੰਦੇ ਆ ਪੇਮੈਂਟ ਵੀ ਬਹੁਤ ਲੈਂਦੇ ਆ ਤੁਸੀਂ ਪੈਸੇ ਲਾ ਵੀ ਸਕਦੇ ਆ ਅਤੇ ਸਾਡਾ ਤਾਂ ਹਿਸਾਬ ਤਾਂ ਵੀ ਇਹੋ ਜਿਹਾ ਬਣ ਗਿਆ ਲੋਕਾਂ 'ਚ ਜੇ ਅਸੀਂ ਪੈਸੇ ਵੱਧ ਮੰਗਦੇ ਤੂੰ ਉਹ ਸਾਨੂੰ ਕਹਿੰਦੇ ਆ ਤੂੰ ਸਾਡਾ ਭਰਾ ਆ ਤੂੰ ਸਾਡਾ ਯਾਰ ਆ ਸਾਡੇ ਅੱਗੇ ਇੰਨੇ 'ਚ ਪ੍ਰੋਮ ਕੀਤਾ ਤੂੰ ਅੱਜ ਇੰਨਾ ਪੈਸੇ ਮੰਗਦਾ ਅਤੇ ਸਾਡੀ ਤਾਂ ਇੱਕ ਮਜਬੂਰੀ ਬਣ ਗਈ ਲੋਕਾਂ ਦਾ ਪਿਆਰ ਬਣਾ ਕੇ ਰੱਖਿਆ ਹੋਇਆ ਜੇ ਇੰਨਾ ਚਿਰ ਗਾਉਂਦਿਆਂ ਨੂੰ ਹੋ ਗਿਆ ਮੈਂ ਡਿਊਟ ਗਾਏ ਮੈਂ ਬਹੁਤ ਘੱਟ ਸੋਲੋ ਗਾਣੇ ਗਾਏ ਉਹਦੇ ਵਿੱਚ ਜਦੋਂ ਮੈਂ ਸੋਲੋ ਗਾਣਾ ਗਾਇਆ ਉਹਦੀ ਜ਼ਰੂਰ ਮੈਨੂੰ ਸਿੰਗਰਾਂ ਨੇ ਕਿਹਾ ਯਾਰ ਭਾਅ ਜੀ ਸਾਨੂੰ ਵੀ ਗਾਣਾ ਦੇ ਸਾਨੂੰ ਇੱਧਰ ਗਾਣਾ ਹੋਰ ਦੇ ਦਿਓ ਮੈਂ ਕਿਹਾ ਭਰਾਵਾ ਮੈਨੂੰ ਚੰਗਾ ਲੱਗਾ ਮੈਂ ਉਹ ਗਾਣਾ ਹੋਣਾ ਸੋਲੋ ਨਹੀਂ ਤਾਂ ਮੇਰੇ ਡਿਊਟ ਚੱਲਦੇ ਇਸੇ ਤਰ੍ਹਾਂ ਹੀ ਪਹਿਲਾਂ ਵੀ ਮੇਰਾ ਹੁੰਦੀ ਰਹੀ ਜੂਪੀ ਦੀ ਭਈਆ ਰਾਣੀ ਦਿਲ ਤੇਰੇ 'ਤੇ ਆ ਗਿਆ ਸਾਡਾ ਨਹੀਂ ਜੂਪੀ ਦੀ ਭਈਆ ਰਾਣੀ ਉਹ ਮੇਰਾ ਗਾਣਾ ਬਹੁਤ ਹਿੱਟ ਹੋਇਆ ਸੀਗਾ PTC ਪੰਜਾਬੀ 'ਤੇ ਉਦੋਂ ਨਵਾਂ ਨਵਾਂ ਚੈਨਲ ਸ਼ੁਰੂ ਹੋਇਆ ਉਹ ਮੇਰੇ ਖਿਆਲ ਸਾਲ ਡੇਢ ਸਾਲ ਲਗਾਤਾਰ ਹੀ ਮੇਰਾ ਗਾਣਾ ਉਦੋਂ ਫਰੀ ਵਜਾਉਂਦੇ ਰਹੇ ਉਸ ਤੋਂ ਬਾਅਦ ਸਾਡਾ ਕਦੇ ਗਾਣਾ ਨਹੀਂ ਫਰੀ ਲੱਗਾ ਕਮਰਸ਼ੀਅਲ ਹੋ ਗਿਆ ਕੰਮ ਬਹੁਤ ਬਾਹਰੋਂ ਕਲਾਕਾਰਾਂ ਨੇ ਆ ਕੇ ਪੈਸੇ ਦੇ ਤੇ ਤਾਂ ਉਹਨਾਂ ਨੂੰ ਪੈਸੇ ਲੱਗ ਗਿਆ ਚਲੋ ਉਹਨਾਂ ਦਾ ਕੰਮ ਆ ਕਰੀ ਜਾਣ ਅਤੇ ਅਸੀਂ ਉਹ ਗਾਣਾ ਮੇਰਾ ਹਿੱਟ ਹੋਇਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਦੋ ਕੁ ਸਾਲਾਂ ਬਾਅਦ ਉਹ ਕਿਸੇ ਨੇ ਗਾਤਾ ਉਹ ਗਾਣਾ ਮੇਰਾ ਚੋਰੀ ਕਰਕੇ ਗਾਤਾ ਮੈਂ ਇਹਨਾਂ ਨੂੰ ਸਾਡੇ ਕਲਾਕਾਰਾਂ ਨੂੰ ਪਤਾ ਨਹੀਂ ਯਾਰ ਕੀ ਗੱਲ ਹੈ ਤੁਸੀਂ ਪੁੱਛ ਲਓ ਕਿਸੇ ਨੂੰ ਜੇ ਪੁੱਛ ਲਓ ਸਲਾਹ ਕਰ ਲਓ ਯੂਟਿਊਬ 'ਤੇ ਗਾਣਾ ਤਾਂ ਦੱਸਦਾ ਹੀ ਹੁੰਦਾ ਜਦੋਂ ਬਦਮਾਸ਼ੀ ਗਾਣਾ ਤੁਸੀਂ ਆਪਣਾ ਟਾਈਟਲ ਦੱਸਦੇ ਆ ਤੇ ਤੁਹਾਡੇ ਸਾਹਮਣੇ ਬਦਮਾਸ਼ੀ ਗਾਣਾ ਮੇਰਾ ਪਹਿਲਾਂ ਆਉਣਾ ਹੀ ਆਉਣਾ ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਨਹੀਂ ਲੱਗਾ ਫਿਰ ਹਰ ਇੱਕ ਨੇ ਜਿਹਨੇ ਵੀ ਗਾਣਾ ਬਣਾਇਆ ਰਾਈਟਰ ਦਾ ਨਾਮ ਆਪਣਾ ਹੀ ਦੇ ਦਿੱਤਾ ਉਹੀ ਗੱਲ ਕਰਦਾ ਮੈਂ ਫਿਰ ਤੁਸੀਂ ਨਾਂ ਆਪਣਾ ਦੇ ਦਿੱਤਾ ਜੇ ਤੁਸੀਂ ਇਹ ਕਹਿੰਦੇ ਆ ਵੀ ਕੁਲਦੀਪ ਨੇ ਪਹਿਲਾਂ ਗਾਇਆ ਸੀ ਕੁਲਦੀਪ ਰੰਧਾਵਾ ਮੇਰਾ ਭਰਾ ਆ ਸਾਡਾ ਬੜਾ ਪਿਆਰ ਰਿਹਾ ਸਤਿਕਾਰ ਜੋ ਅਸੀਂ ਕਦੇ ਗਲਤ ਨਹੀਂ ਨਾ ਕਦੇ ਬੋਲੇ ਆ ਸਾਡਾ ਅੱਜ ਤੱਕ ਉਦੇ ਪਿਆਰ ਆ ਲੋਕਾਂ 'ਚ ਕੋਈ ਇਸ ਗੱਲ ਨਹੀਂ ਉਹ ਤਾਂ ਆਪਾਂ ਵਿੱਚ ਬਹਿ ਕੇ ਗੱਲੇ ਸਕਦੇ ਕੱਢ ਕਰ ਸਕਦੇ ਉਸ ਤੋਂ ਮੈਂ ਜਦੋਂ ਪਹਿਲੀ ਵਾਰੀ ਪ੍ਰੋਮ ਦੇ ਘਰ ਗਿਆ ਉਦੋਂ ਮੈਨੂੰ ਹੰਸ ਭਾਅ ਜੀ ਨੇ ਭੇਜਿਆ ਸੀਗਾ ਉਹਨਾਂ ਦੇ ਘਰੇ ਕਿਉਂਕਿ ਹੰਸ ਭਾਅ ਜੀ ਦੇ ਕੁਲਦੀਪ ਜੀ ਸ਼ਾਗਿਰਦ ਨੇ ਉਹ ਸਾਰਾ ਗਰੁੱਪ ਸਾਡੇ ਜਲੰਧਰ ਤੋਂ ਗਿਆ ਸੀ ਮਿਊਜ਼ੀਸ਼ੀਅਨਾਂ ਦਾ ਵੀ ਪੱਪੂ ਭਾਅ ਜੀ ਅਤੇ ਡਾਮਾ ਸਾਰੇ ਮਿਊਜ਼ੀਸ਼ੀਅਨ ਸਾਰੇ ਉੱਥੇ ਨਾਲ ਸੀਗੇ ਉਦੋਂ ਭਾਅ ਜੀ ਨੇ ਭੇਜਿਆ ਉਸ ਤੋਂ ਬਾਅਦ ਸਾਡਾ ਪਿਆਰ ਵੱਧ ਗਿਆ ਉਹਨਾਂ ਦੇ ਪਰਿਵਾਰ ਨਾਲ ਸਾਡੇ ਜਸ਼ੀਲਾ ਸਾਹਿਬ ਨਾਲ ਬਹੁਤ ਕਿਉਂਕਿ ਉਹਨਾਂ ਜਸ਼ੀਲਾ ਸਾਹਿਬ ਨੂੰ ਅਸੀਂ ਸੁਣਦੇ ਰਹੇ ਉਹ ਵੀ ਬਹੁਤ ਅੱਛੇ ਆਪਣੇ ਟਾਈਮ ਦੇ ਕਰਤਾਰ ਰਮਨਾ ਸਾਹਿਬ ਮੁਹੰਮਦ ਸਦੀਕ ਸਾਹਿਬ ਉਹਨਾਂ ਟਾਈਮ ਦੇ ਉਹ ਵੀ ਸਿੰਗਰ ਹੋਏ ਨੇ ਉਹਨਾਂ ਦੇ ਡਿਊਟ ਬਹੁਤ ਹਿੱਟ ਹੋਏ ਉਹਨਾਂ ਟਾਈਮਾਂ 'ਤੇ ਅਸੀਂ ਉਹਨਾਂ ਦੀ ਕਦਰ ਕਰਦੇ ਅਤੇ ਕਦਰ ਕਰਦੇ ਨਾਲ ਜਦੋਂ ਮੈਂ ਕਿਸੇ ਦੀ ਕਦਰ ਕਰਦਾ ਤਾਂ ਸਾਡੀ ਵੀ ਰਿਸਪੈਕਟ ਕਰਨੀ ਬਣਦੀ ਆ ਸਾਰੇ ਦੇ ਨਾ ਅਤੇ ਮੈਨੂੰ ਬੜਾ ਇਸ ਕਰਕੇ ਅਜੀਬ ਜਿਹਾ ਦੁੱਖ ਜਿਹਾ ਲੱਗਾ ਵੀ ਮੈਂ ਕਿਹਾ ਯਾਰ ਇੱਕ ਦੋ ਤਾਂ ਗਾਣੇ ਸਾਡੇ ਹੁੰਦੇ ਆ ਜਿਹੜੇ ਲੋਕਾਂ 'ਤੇ ਪਹੁੰਚਦੇ ਹੁੰਦੇ ਆ ਜੇ ਆਪਾਂ ਉਹਨਾਂ ਨੂੰ ਵੀ ਚੋਰੀ ਕਰ ਜਾਂਦੇ ਹਾਂ ਜਾਂ ਉਹਨੂੰ ਗਲਤ ਢੰਗ ਨਾਲ ਉਹਨੂੰ ਆਪਣਾ ਲਿਖ ਕੇ ਰਾਈਟਰ ਦਾ ਨਾਂ ਵੀ ਆਪਾਂ ਬਦਲ ਦਿੰਦੇ ਹਾਂ ਉਹ 'ਚ ਆਪਣੇ ਆਪਾਂ ਆਪਣਾ ਨਾਂ ਭਰ ਦਿੰਦੇ ਹਾਂ ਉੱਧਰੋਂ ਜਿਹੜਾ ਉਹ ਢਿੱਲੋਂ ਨੇ ਗਾਇਆ ਪ੍ਰੇਮ ਢਿੱਲੋਂ ਉਹਨੇ ਵੀ ਆਪਣਾ ਮੇਰੇ ਖਿਆਲ ਨਾਂ ਕਿਸੇ ਹੋਰ ਤੋੜ ਮੋੜ ਕੇ ਸਾਰਾ ਕੁਝ ਕਰ ਦਿੱਤਾ ਮੇਨ ਲਾਈਨ ਉਹ ਪਲਾਨ ਜਿਹੜੀ ਉਹ ਮੇਰੀ ਚੱਕ ਲਈ ਸਾਰੇ ਗਾਣੇ ਦੇ ਨਾ ਪਹਿਲਾਂ ਕੀਤੀ ਬਦਮਾਸ਼ੀ ਇੱਕ ਠੋਕ ਕੇ ਹੁਣ ਕੰਮ ਛੱਡੇ ਹੋਏ ਇਹ ਲੈ ਤੁਸੀਂ ਸਾਰੇ ਸੁਣ ਲਓ ਸਾਰਿਆਂ ਨੂੰ ਪਤਾ ਔਰ ਮੇਰਾ ਪੂਰਾ ਗਾਣਾ ਸੁਣ ਲਓ ਉਹਦੇ ਵਿੱਚ ਕੋਈ ਲਫ਼ਜ਼ ਕੋਈ ਗਾਣੇ ਦਾ ਲਫ਼ਜ਼ ਘੱਟ ਆ ਜਾਂ ਵੱਧ ਆ ਮਾੜਾ ਆ ਚੰਗਾ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਇਹਨਾਂ ਨੂੰ ਦੁਬਾਰਾ ਲਿਖਣ ਦੀ ਕੀ ਲੋੜ ਹੈ ਉਹ ਰਾਈਟਰ ਨਾਲ ਗੱਲ ਕਰਨ ਜੇ ਰਾਈਟਰ ਗਾਣਾ ਦਿੰਦਾ ਨਾ ਸਾਨੂੰ ਕੋਈ ਨਹੀਂ ਕੋਈ ਇਤਰਾਜ਼ ਨਹੀਂ ਜੇ ਰਾਈਟਰ ਗਾਣਾ ਦਿੰਦਾ ਸਲਾਹ ਨਾ ਸਾਨੂੰ ਕੋਈ ਇਤਰਾਜ਼ ਨਹੀਂ ਕੰਪਨੀ ਨੂੰ ਪੁੱਛ ਲੈਣ ਜਿਹਨਾਂ ਵਿਚਾਰਿਆਂ ਨੇ ਮਿਹਨਤ ਕੀਤੀ ਆ ਸਾਡੇ ਵਿਊ ਘੱਟ ਹੋਣ ਵੱਧ ਹੋਣ ਉਹ 'ਚ ਸਾਨੂੰ ਕੋਈ ਨਹੀਂ ਪਰ ਸਾਡੇ ਗਾਣਾ ਤਾਂ ਸਾਡਾ ਇਸ ਕਰਕੇ ਮੇਰੀ ਇਹੋ ਹੀ ਬੇਨਤੀ ਆ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਮੇਰਾ ਗਾਣਾ ਸੁਣਿਓ ਯੂਟਿਊਬ 'ਤੇ ਜਿੱਥੇ ਤੁਹਾਨੂੰ ਸਾਰਾ ਵੀ ਮੇਰਾ ਗਾਣਾ ਸੁਣ ਲਓ ਖਾੜੇ ਨੂੰ ਸੁਣ ਲਓ ਵੀ ਤੁਸੀਂ ਉਹ ਗਾਣਾ ਦੱਸਿਓ ਮੇਰਾ ਗਾਣਾ ਉਹ 'ਚ ਮੈਂ ਕੀ ਹਲਕਾ ਗਾਤਾ ਕੀ ਮਾੜਾ ਗਾਇਆ ਜੇ ਇਹਨਾਂ ਨੇ ਮੇਰੇ ਤੋਂ ਬਹੁਤ ਵਧੀਆ ਗਾਇਆ ਬਹੁਤ ਵਧੀਆ ਗਾਉਂਦੇ ਆ ਹਿੱਕ ਦੀ ਜ਼ੋਰ ਨਾਲ ਗਾਉਂਦੇ ਆ ਸਾਡੇ ਜਿੰਨਾ ਕੁ ਜ਼ੋਰ ਆ ਹਿੱਕ 'ਚ ਅਸੀਂ ਉਨਾ ਕੁ ਲਾਉਣਾ ਜਿੰਨਾ ਉਹਨਾਂ ਦਾ ਆਪਣਾ ਹੈ ਨਾ ਇਹ ਤਾਂ ਆਪੋ ਆਪਣੀ ਗੱਲ ਆ ਨਾ ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਸੀ ਮੈਂ 8 ਸਾਲ ਦਾ ਸੀਗਾ ਉਦੋਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਸੁਰ ਕਿਹੜਾ ਰੱਖ ਹੋ ਗਿਆ ਜਿੱਥੇ ਤੂੰਬੀ ਦੇ ਸੁਰ ਰੱਖ ਗਿਆ ਮੈਂ ਉੱਥੇ ਗਾਉਂਦਾ ਸੀ ਇਹ ਤਾਂ ਉਹ ਲੋਕ ਜਾਣਦੇ ਮੇਰੀ ਹਿੱਕ 'ਚ ਮੈਂ ਗਾਉਂਦਾ ਸੀ ਠੀਕ ਗਾਉਂਦਾ ਸੀ ਗਲਤ ਗਾਉਂਦਾ ਸੀ ਜਦੋਂ ਮਾਨਕ ਸਾਹਿਬ ਦੀ ਸਟੇਜਾਂ 'ਤੇ ਗਾਉਂਦਾ ਸੀ ਅਤੇ ਮਾਨਕ ਸਾਹਿਬ ਮੈਨੂੰ ਆਸ਼ੀਰਵਾਦ ਦਿੰਦੇ ਹੁੰਦੇ ਸੀ ਉਹਨਾਂ ਟਾਈਮਾਂ 'ਚ ਮੈਨੂੰ ਕਦੇ 50 ਰੁਪਏ ਦੇ ਦੇਣੇ ਕਦੇ ਉਹਨਾਂ ਨੇ 20 ਰੁਪਏ ਦੇਣੇ ਮੈਂ ਘੱਟੋ ਘੱਟ 10 ਸਟੇਜਾਂ 'ਤੇ ਗਾਇਆ ਹੁਣ ਉਹਨਾਂ ਤੋਂ ਪਹਿਲਾਂ ਮੈਂ ਗਾ ਦੇਣਾ ਉਹਨਾਂ ਦੇ ਸਟੇਜ 'ਤੇ ਆਉਣ ਤੋਂ ਉਹਨਾਂ ਦੇ ਮਿਊਜ਼ੀਸ਼ੀਅਨ ਉਦੋਂ ਨੌਗੀ ਸਾਹਿਬ
ਮੈਂ ਉਹਨਾਂ ਟਾਈਮਾਂ ਦਾ ਸ਼ੁਰੂ ਕੀਤਾ ਜੀ ਅਤੇ ਇਸ ਕਰਕੇ ਬੜਾ ਦੁੱਖ ਜਿਹਾ ਲੱਗਦਾ ਵੀ ਅਸੀਂ ਮਿਹਨਤ ਕਰਕੇ ਜਦੋਂ ਆਹ ਹੀ ਸਾਨੂੰ ਪ੍ਰਸਾਰਿਤ ਮੀਡੀਆ ਨੇ ਦੂਸਰੇ ਨੇ ਚੈਨਲਾਂ ਵਾਲਿਆਂ ਨੇ ਐਡਾ ਨਹੀਂ ਸਾਨੂੰ ਪ੍ਰਮੋਟ ਕੀਤਾ ਜਿੱਦਾਂ ਅਸੀਂ ਆਪ ਖਾੜਿਆਂ ਵਿੱਚ ਜਾ ਕੇ ਲੋਕਾਂ 'ਚ ਵਿਚਰ ਕੇ ਸਾਈਕਲਾਂ 'ਤੇ ਜਾ ਜਾ ਕੇ ਧੱਕੇ ਖਾ ਖਾ ਕੇ ਅੱਜ ਅਸੀਂ ਜਹਾਜ਼ ਵੀ ਝੁੱਟਿਆ ਪਰ ਮਿਹਨਤਾਂ ਕੀਤੀਆਂ ਮਿਹਨਤ ਕਰੋ ਮਿਹਨਤ ਦਾ ਫਲ ਮਿਲਣਾ ਅਤੇ ਕਮੈਂਟ ਕਰਕੇ ਸਾਰੇ ਦੋਸਤਾਂ ਨੂੰ ਬੇਨਤੀ ਆ ਜ਼ਰੂਰ ਦੱਸਿਓ ਜਿੱਥੇ ਮੈਂ ਗਲਤ